अस्सलाम वालेकुम नाज़रीन, असीं शादिया शुदा दे चैनल ते तुहानूं खुशामदीद कहने हां जी, आया नूं कहने ते अज तुहानूं असीं दिखाने हां कि गर्मियां दी पहली बारिश शुरू होण लगी है, बरीक बरीक गर्मियां शुरू हो गईआं ने ते तुसीं देखो कि बदल किस तरह आए हुए ने, आसमान ते बदल किस तरह ने, दिखाओ जी बादल, दिखाओ आसमान। ये सुबह दे 8 बजे ने ते तुसीं देख सकते हो आसमान दा नज़ारा कि बादल किस तरह आए हुए ने, काले स्याह बादल ने और विच गूंज भी है, बरीक बरीक मार पड़ रही है। अजकल दियां बारिशां जिहड़ियां ने कणकां वास्ते ज़्यादा जरूरी होंदियां ने, कणक पकदी उहदे नाल दाने मोटे होंदे ने। ਇਹ ਕੁਦਰਤ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ। ਆਪਣਾ ਦਰਖਤ ਦਿਖਾਓ, ਇਹ ਸਾਡਾ ਜਾਮਨ ਦਾ ਦਰਖਤ ਹੈ ਤੇ ਇਹਦੇ ਤੇ ਬੂਰ ਵੀ ਲੱਗਣਾ ਸ਼ੁਰੂ ਹੋ ਗਿਆ। ਨਾਜ਼ਰੀਨ ਇਹ ਤੁਸੀਂ ਦੇਖ ਸਕਦੇ ਹੋ ਕਿ ਨੀਚੇ ਜ਼ਮੀਨ ਦੇ ਉੱਤੇ ਕਿੰਨੀਆਂ ਕਣੀਆਂ ਪਈਆਂ ਹੋਈਆਂ ਨੇ ਤੇ ਹੁਣ ਤੇਜ਼ ਹੋ ਰਹੀਆਂ ਨੇ। ਜਿਸ ਤਰ੍ਹਾਂ ਹੀ ਬਾਰਿਸ਼ ਤੇਜ਼ ਹੁੰਦੀ ਹੈ ਅਸੀਂ ਤੁਹਾਨੂੰ ਵੀ ਦਿਖਾਉਂਦੇ ਹਾਂ। ਨਾਜ਼ਰੀਨ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਵਕਤ ਆਪਣੀ ਘਰ ਦੀ ਛੱਤ ਦੇ ਉੱਤੇ ਆ, ਮੌਸਮ ਇੰਜੋਏ ਕਰ ਰਹੇ ਹਾਂ, ਐਡੀ ਪਿਆਰੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਤੇ ਅਸੀਂ ਦੂਸਰੀ ਛੱਤ ਵੱਲ ਆ ਗਏ ਹਾਂ ਆਪਣੇ। ਇੱਥੋਂ ਵੀ ਤੁਸੀਂ ਦੇਖ ਸਕਦੇ ਹੋ ਬੱਦਲ ਵੀ ਤੇ ਇਹ ਹੁਣ ਸਾਡਾ ਜਾਮਨ ਦਿਖਾਓ ਜੀ। ਹਾਂ ਇਹ ਦੇਖੋ ਸਾਡੇ ਜਾਮਨ ਦਾ ਦਰਖਤ ਹੈ, ਇੱਧਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਰੋਸ਼ਨੀ ਹੈ। ਇਸ ਤਰ੍ਹਾਂ ਦਾ ਮੌਸਮ ਤਾਂ ਵੈਸੇ ਹੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ। ਕੈਮਰੇ 'ਤੇ ਵੀ ਖੜੀਆਂ ਪੈ ਰਹੀਆਂ ਨੇ ਮੋਬਾਈਲ 'ਤੇ। ਨਾਜ਼ਰੀਨ ਹੈ ਤੁਸੀਂ ਬਾਦਲ ਦੇ ਗਰਜਣੇ ਦੀ ਆਵਾਜ਼ ਸੁਣ ਰਹੇ ਹੋ। ਨਾਲ ਕਿਸੇ ਕਿਸੇ ਵਕਤ ਬਿਜਲੀ ਵੀ ਚਮਕ ਰਹੀ ਹੈ। ਹਮਸਾ ਉਹਨੂੰ ਕਹਿ ਕੇ ਬੋਲੇ ਕਿ ਅਸੀਂ ਉੱਪਰ ਛਾਤੇ ਹਾਂ। ਹਮਸਾ ਦੇ ਅੱਬੂ ਨੂੰ ਪਤਾ ਨਹੀਂ ਨਾਜ਼ਰੀਨ ਕਿ ਅਸੀਂ ਛਾਤੇ ਹਾਂ ਤੇ ਉਹ ਸਾਨੂੰ ਨੀਚੇ ਢੂੰਡ ਰਹੇ ਨੇ ਤੇ ਇਸ ਵਾਸਤੇ ਮੈਂ ਉਹਨੂੰ ਕਹਿ ਦਿੱਤਾ ਹੈ ਕਿ ਨੀਚੇ ਦੱਸ ਦੇਵੇ ਅਸੀਂ ਉੱਪਰ ਛਾਤੇ ਵੀਡੀਓ ਬਣਾ ਰਹੇ ਹਾਂ ਤੇ ਨਾਜ਼ਰੀਨ ਅਸੀਂ ਹੁਣ ਨੀਚੇ ਚੱਲਦੇ ਹਾਂ ਫਿਰ ਨੀਚੇ ਦਾ ਵੀ ਤੁਹਾਨੂੰ ਨਜ਼ਾਰਾ ਦਿਖਾਉਂਦੇ ਹਾਂ। ਨਾਜ਼ਰੀਨ ਅਸੀਂ ਹੁਣ ਨੀਚੇ ਆ ਚੁੱਕੇ ਹਾਂ, ਤੁਸੀਂ ਇਹ ਦੇਖ ਸਕਦੇ ਹੋ ਕਿ ਹਵਾ ਤੇਜ਼ ਹੋਈ ਹੈ ਤੇ ਦਰਖਤ ਦੇ ਪੱਤੇ ਹਿੱਲ ਰਹੇ ਨੇ, ਦਰਖਤ ਝੂਮ ਰਹੇ ਨੇ। ਇਹ ਦੇਖੋ ਤੁਸੀਂ ਕਿੰਨੀ ਤੇਜ਼ ਹਵਾ ਹੋਈ ਹੈ। ਚਲੋ ਪੌਦੇ ਵੀ ਦਿਖਾਓ ਜੀ, ਕਿਆਰੀ ਦਿਖਾਓ ਕਿ ਕਿਆਰੀ ਦੇ ਪੱਤੇ ਕਿਸ ਤਰ੍ਹਾਂ ਗਿੱਲੇ ਹੋਏ ਨੇ।
ਨਾਜ਼ਰੀਨ ਹੈ ਤੁਸੀਂ ਦੇਖ ਸਕਦੇ ਹੋ ਕਿ ਪੱਤੇ ਗਿੱਲੇ ਹੋਏ ਨੇ ਬਾਰਿਸ਼ ਦੀ ਵਜ੍ਹਾ ਤੋਂ ਅਤੇ ਕਿੰਨੇ ਪਿਆਰੇ ਲੱਗ ਰਹੇ ਨੇ ਪੌਦਿਆਂ ਦੇ ਪੱਤੇ। ਕਿਆਰੀ ਦੇ ਵਿੱਚ ਵੀ ਦਿਖਾਓ ਜੀ, ਸਾਰੀ ਕਿਆਰੀ ਵੀ ਦਿਖਾਓ ਅਤੇ ਤੁਸੀਂ ਦੇਖ ਸਕਦੇ ਹੋ ਨਾਜ਼ਰੀਨ ਫੁੱਲ ਕਿੰਨੇ ਪਿਆਰੇ ਖਿਲੇ ਹੋਏ ਨੇ। ਇਹ ਦੇਖ ਸਕਦੇ ਹੋ ਨਾਜ਼ਰੀਨ ਤੁਸੀਂ ਗੁਲਾਬ ਹੈ, ਪਿੰਕ ਗੁਲਾਬ ਹੈ, ਪੀਲਾ ਗੁਲਾਬ ਹੈ, ਇੱਧਰ ਇਹ ਬੂਟੇ ਦੇ ਫੁੱਲ ਵੀ ਖਿਲੇ ਹੋਏ ਨੇ। ਇੱਧਰ ਵੀ ਦਿਖਾਓ ਹੈ ਜਿਹੜਾ ਡੇਲੀਏ ਦਾ ਫੁੱਲ ਹੈ। ਹਵਾ ਤੇਜ਼ ਹੈ ਨਾ ਤੇ ਇਸ ਵਜ੍ਹਾ ਤੋਂ ਦੇਖ ਸਕਦੇ ਹੋ ਪਰਦੇ ਉੱਪਰ ਆ ਰਹੇ ਨੇ ਇਹਨਾਂ ਦੇ ਉੱਤੇ ਪੌਦਿਆਂ ਦੇ ਉੱਤੇ।